ਦੇਸ਼ ਭਰ ਵਿੱਚ ਲਗਾਤਾਰ ਬਲਾਤਕਾਰ ਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਵੇਂ ਕਿ ਯੂਪੀ ਵਿੱਚ 19 ਸਾਲਾ ਲੜਕੀ ਮਨੀਸ਼ਾ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਵਿੱਚ ਵੀ ਇਸ ਸ਼ਰਮਨਾਕ ਘਟਨਾ ਦਾ ਵਿਰੋਧ ਕੀਤਾ ਗਿਆ। ਇਸ ਦੇ ਮੱਦੇਨਜ਼ਰ ਅੱਜ ਇੱਥੇ ਦਲਿਤ ਸਮਾਜ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਝੰਡੇ ਹੇਠ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ ਦੀ ਅਗਵਾਈ ਵਿੱਚ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ, ਕਿਉਂਕਿ ਯੂਪੀ ਦੇ ਹਾਥਰਸ ਵਿਖੇ ਗੈਂਗਰੇਪ ਪੀੜਤ ਮਨੀਸ਼ਾ ਬੁਲੰਦ ਸ਼ਹਿਰ ਦੀ 14 ਸਾਲਾ ਨਾਬਾਲਗ ਲੜਕੀ ਆਜਮਗੜ੍ਹ ਦੀ 6 ਸਾਲ ਮਾਸੂਮ ਨਾਲ ਹੋਈ ਦਰਿੰਦਗੀ ਕਾਰਨ ਦਲਿਤ ਸਮਾਜ ਵਿੱਚ ਵੱਡੀ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ। ਭਾਰਤ ਦੇ ਕੋਨੇ ਕੋਨੇ ਤੇ ਧਰਨੇ, ਮੁਜ਼ਾਹਰੇ ਅਤੇ ਕੈਂਡਲ ਮਾਰਚ ਹੋ ਰਹੇ ਨੇ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਦਰਿੰਦਿਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਹਨਾਂ ਤਿੰਨੇ ਕੇਸਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਇਹਨਾਂ ਮਾਸੂਮਾਂ ਨੂੰ ਇਨਸਾਫ ਦਿਵਾਉਣ ਲਈ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ। ਪੀੜਤ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇ। ਇਹਨਾਂ ਦੇ ਪਰਿਵਾਰ ਦੇ 1-1 ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਿਨ੍ਹਾਂ ਵੀ ਅਧਿਕਾਰੀ ਨੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਾਨੂੰਨ ਦੇ ਬਰ ਖਿਲਾਫ਼ ਕੋਈ ਵੀ ਅਣਗਹਿਲੀ ਕੀਤੀ ਹੈ, ਉਹਨਾਂ ਨੂੰ ਸਰਵਿਸ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਅਤੇ ਹੁਣ ਨਵੀਂ ਇਹ ਵੀ ਖ਼ਬਰ ਮਿਲੀ ਹੈ ਕਿ ਇਹਨਾਂ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ। ਜੇਕਰ ਇਹਨਾਂ ਦਰਿੰਦਿਆਂ ਦੇ ਵਰ ਖਿਲਾਫ਼ ਤੁਰੰਤ ਐਕਸ਼ਨ ਨਾ ਲਿਆ ਗਿਆ ਤਾਂ ਸਮਾਜ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਦਲਿਤ ਸਮਾਜ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਝੰਡੇ ਹੇਠ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਯੂਪੀ ਸਰਕਾਰ ਦੀ ਹੋਵੇਗੀ। ਅੱਜ ਅਸੀਂ ਖੜ੍ਹੇ ਹਾਂ ਬੌੜਾ ਗੇਟ ਵਿਖੇ, ਨਾਭਾ ਦੇ ਬੌੜਾ ਗੇਟ ਚੌਂਕ ਵਿਖੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜੋ ਕਿ ਯੂਪੀ ਵਿੱਚ ਮਨੀਸ਼ਾ ਨਾਮ ਦੀ ਲੜਕੀ 19 ਸਾਲਾ ਲੜਕੀ ਨਾਲ ਚਾਰ ਦਰਿੰਦਿਆਂ ਵੱਲੋਂ ਰੇਪ ਕੀਤਾ ਗਿਆ ਸੀ। ਉਸ ਸ਼ਰਮਨਾਕ ਘਟਨਾ ਨੂੰ ਵਿਰੋਧਤਾ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਥੇਬੰਦੀਆਂ ਨੇ ਜੋ ਕਿ ਅੱਜ ਇੱਥੇ ਕੈਂਡਲ ਮਾਰਚ ਵੀ ਕੀਤਾ ਗਿਆ ਹੈ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿੱਥੇ ਕਿ ਯੂਪੀ ਵਿੱਚ ਚਾਰ ਦਰਿੰਦਿਆਂ ਵੱਲੋਂ ਮਨੀਸ਼ਾ ਨਾਮ ਦੀ 19 ਸਾਲਾਂ ਲੜਕੀ ਨਾਲ ਰੇਪ ਕੀਤਾ ਗਿਆ। ਉਸ ਤੋਂ ਬਾਅਦ ਉਸਦੀ ਜੀਭ ਕੱਢ ਦਿੱਤੀ ਗਈ ਅਤੇ ਉਸਦੀ ਰੀੜ੍ਹ ਦੀ ਹੱਡੀ ਵੀ ਤੋੜੀ ਗਈ। ਆਓ ਅਸੀਂ ਇਹਨਾਂ ਜੋ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਚਾਰ ਦਰਿੰਦਿਆਂ ਵੱਲੋਂ ਮਨੀਸ਼ਾ ਨਾਮ ਦੀ ਲੜਕੀ ਨਾਲ ਜੋ ਕਿ ਰੇਪ ਕੀਤਾ ਗਿਆ, ਉਸ ਦੀ ਵਿਰੋਧਤਾ ਲਈ ਅੱਜ ਕੀ ਕਹਿਣਾ ਚਾਹੋਗੇ ਜੀ? ਪਿਛਲੇ ਦਿਨੀ ਯੂਪੀ ਦੇ ਅੰਦਰ ਹਾਥਰਸ ਦੇ ਅੰਦਰ ਮਨੀਸ਼ਾ ਨਾਮ ਦੀ ਲੜਕੀ ਜਿਹੜੀ ਹੈ, ਚਾਰ ਗੁੰਡਿਆਂ ਨੇ ਉਹਦੇ ਨਾਲ ਰੇਪ ਕੀਤਾ ਔਰ ਉਹਦੀ ਰੀੜ੍ਹ ਦੀ ਹੱਡੀ ਤੋੜਤੀ, ਤਿੰਨ ਜਗ੍ਹਾ ਤੋਂ ਉਹਦੀ ਜੀਭ ਕੱਟਤੀ ਔਰ ਇਹਦਾ ਜਿਹੜਾ ਅਜੇ ਪੂਰੇ ਦੇਸ਼ ਦੇ ਅੰਦਰ ਰੌਲਾ ਪਿਆ, ਤਾਂ ਜਿਹੜਾ ਜੋਗੀ ਦੀ ਸਰਕਾਰ ਆ ਯੂਪੀ ਦੀ ਉਹ ਹਰਕਤ 'ਚ ਆਈ ਆ। ਪਹਿਲਾਂ ਕੋਈ ਵੀ ਉਹ ਜਿਹੜਾ ਹੈ ਪਹਿਲਾਂ ਬਿਲਕੁਲ ਉਹਨਾਂ ਨੇ ਕੋਈ ਜਿਹੜਾ ਕਾਰਵਾਈ ਨਹੀਂ ਕੀਤੀ, ਪਰੰਤੂ ਜਦੋਂ ਜਿਹੜੀਆਂ ਜਥੇਬੰਦੀਆਂ ਜਾਗੀਆਂ, ਜਦੋਂ ਸਰਕਾਰ ਦੇ ਖਿਲਾਫ਼ ਪੂਰੇ ਦੇਸ਼ ਦੇ ਅੰਦਰ ਦਲਿਤ ਸਮਾਜ ਨੇ ਧਰਨੇ ਮਿਆਰੇ ਕੀਤੇ, ਤਾਂ ਜਿਹੜੀ ਆ ਯੂਪੀ ਸਰਕਾਰ ਜਾਗੀ ਔਰ ਸਬਰਗੰਜ ਜਿਹੜਾ ਆਪਣਾ ਹੋਸਪਿਟਲ ਆ ਦਿੱਲੀ ਦਾ, ਉੱਥੇ ਦਾਖਲ ਕਰਵਾਈ ਸੀ ਬੇਟੀ ਔਰ ਉਹਦੀ 29 ਤਰੀਕ ਦੀ ਰਾਤ ਨੂੰ ਉਹਦੀ ਡੈਥ ਹੋ ਗਈ ਔਰ 29 ਤਰੀਕ ਨੂੰ 2:30 ਵਜੇ ਉਹਦਾ ਸੰਸਕਾਰ ਕਰ ਦਿੱਤਾ। ਐਡੇ ਵੱਡੇ ਪੱਧਰ ਜਿਹੜੀ ਆ ਜ਼ੁਲਮ ਜ਼ਿਆਦਤੀ ਸਾਡੇ ਸਮਾਜ ਦੇ ਨਾਲ ਹੋਈ ਆ। ਤੁਸੀਂ ਰਾਸ਼ਟਰਪਤੀ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਕਿ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਪਰਿਵਾਰ ਨੂੰ ਆਰਥਿਕ ਤੌਰ ਤੇ ਕਰੋੜਾਂ ਰੁਪਇਆ ਦਿੱਤਾ ਜਾਵੇ, ਜਿਹੜੇ ਅਧਿਕਾਰੀ ਨੇ ਜਿਹਨਾਂ ਨੇ ਇਹ ਵੱਡੀ ਪੱਧਰ ਨੇ ਨਲੱਕੀ ਕੀਤੀ ਆ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਔਰ ਉਹਨਾਂ ਦੇ ਪਰਿਵਾਰ ਦੇ 1-1 ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਤੁਹਾਡੇ ਵੱਲੋਂ ਅੱਜ ਨਾਇਬ ਤਹਿਸੀਲਦਾਰ ਸਾਹਿਬ ਨੂੰ ਵੀ ਅੱਜ ਮੰਗ ਪੱਤਰ ਦਿੱਤਾ ਗਿਆ ਰਾਸ਼ਟਰਪਤੀ ਜੀ ਨਾਲ? ਅਸੀਂ ਅੱਜ ਉਪ ਮੈਜਿਸਟ੍ਰੇਟ ਰਾਹੀਂ ਜਿਹੜਾ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਔਰ ਨਾਇਬ ਤਹਿਸੀਲਦਾਰ ਸਾਹਿਬ ਆਏ ਔਰ ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਅੱਜ ਸਾਡਾ ਮੰਗ ਪੱਤਰ ਜਾਏਗਾ ਔਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂ, ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿ ਦੋ ਬਲਾਤਕਾਰ ਹੋਰ ਹੋਏ ਨੇ ਯੂਪੀ ਦੇ ਅੰਦਰ, ਉਹ ਵੀ ਸਾਡੇ ਸਮਾਜ ਦੀਆਂ ਬੇਟੀਆਂ ਨੇ, ਦੋ ਔਰ ਇੱਕ ਦਾ ਨਾਂ ਕਸੋਰੀ ਆ, ਇੱਕ ਜਿਹੜੀ ਜਿਹੜਾ ਬੁਲੰਦਸ਼ਹਿਰ ਦੀ ਰਹਿਣ ਵਾਲੀ ਆ, ਇੱਕ ਜਿਹੜੀ ਅਲੀਪੁਰ ਅਲੀਗੜ੍ਹ ਦੀ ਰਹਿਣ ਵਾਲੀ ਆ, ਉਹ ਵੀ ਦਲਿਤ ਸਮਾਜ ਦੀਆਂ ਬੇਟੀਆਂ ਨੇ ਔਰ ਉਹ ਠਾਕਰੇ ਦੇ ਲੋਕਾਂ ਨੇ ਜਿਹੜਾ ਹੈ ਬਲਾਤਕਾਰ ਕੀਤੇ ਆ, ਜਿਹੜੇ ਦੋ ਬੇਟੀਆਂ ਹੋਰ ਨੇ, ਇੱਕ ਦੀ ਉਮਰ 6 ਸਾਲ ਹੈ, ਦੂਜੀ 14 ਸਾਲ, ਜਿਹੜੀ ਮਰੀਸਾ ਬੇਟੀ ਆ ਉਹਦੀ 19 ਸਾਲ ਉਮਰ ਹੈ। ਇਹ ਵੱਡੇ ਪੱਧਰ ਜਿਹੜਾ ਸਾਡੇ ਸਮਾਜ ਨਾਲ ਜਿਹੜਾ ਜ਼ੁਲਮ ਜ਼ਿਆਦਤੀ ਹੋ ਰਹੀ ਆ, ਜੇਕਰ ਕਿਸੇ ਗੌਰ ਨੂੰ ਵੀ ਟੱਚ ਕਰਦੇ ਕੋਈ ਤਾਂ ਤੂਫਾਨ ਆ ਜਾਂਦਾ ਯੂਪੀ ਦੇ ਅੰਦਰ,
ਕੰਗਣਾ ਰਾਤ ਜਿਹੜੀ ਆ ਵੀਡੀਓ ਪਾਉਂਦੀ ਆ ਕਿ ਵੀ ਸਾਡੇ ਸਾਹਮਣੇ ਰਾਹ ਹੋ ਗਿਆ ਤਿੰਨ ਬਲਾਤਕਾਰ ਹੋ ਗਏ ਕਿੰਨਾ ਕੰਗਣਾ ਰਾਤ ਬੋਲਦੀ ਆ ਨਾ ਇੱਥੇ ਦਾ ਬਕਾਊ ਮੀਡੀਆ ਉਹ ਬੋਲਦਾ ਗਾ ਸਾਡੇ ਸਮਾਜ ਨਾਲ ਵੱਡੇ ਪੱਧਰ ਦੇ ਧੱਕਾ ਤੇ ਧੋਖਾ ਹੋ ਰਿਹਾ ਅਸੀਂ ਮੰਗ ਕਰਾਂਗੇ ਕਿ ਦੋਸ਼ੀਆਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਜੇਕਰ ਔਰ ਇਹ ਜਿਹੜਾ ਹੈ ਕਾਰਵਾਈ ਉਹਨਾਂ ਦੇ ਖਿਲਾਫ਼ ਨਾ ਕੀਤੀ ਔਰ ਉਹਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਫਸਟ ਟ੍ਰੈਕ ਦੇ ਅੰਦਰ ਅਦਾਲਤ ਅੰਦਰ ਕੇਸ ਚਲਾ ਕੇ ਉਹਨੂੰ ਸਜ਼ਾ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਜਿਹੜਾ ਵੱਡੇ ਪੱਧਰ ਦਾ ਪੂਰੇ ਦੇਸ਼ ਅੰਦਰ ਅੰਦੋਲਨ ਕਰਨ ਲਈ ਮਜਬੂਰ ਹੋਵਾਂਗੇ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਯੋਗੀ ਸਰਕਾਰ ਦੀ ਹੋਵੇਗੀ ਕੇਂਦਰ ਸਰਕਾਰ ਦੀ ਹੋਵੇਗੀ ਥੈਂਕ ਯੂ ਤੁਹਾਨੂੰ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਰਟ ਟ੍ਰੇਡ ਯੂਨੀਅਨ ਪੰਜਾਬ ਜਿਹੜਾ ਅਸੀਂ ਕੈਂਡਲ ਮਾਰਚ ਕੱਢਿਆ ਇੱਕ ਸੰਕੇਤਕ ਹੈ ਜਿਹੜੇ ਹਥਰਾਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਅਗਰ ਉਹਨਾਂ ਨੂੰ ਗੌਰਮੈਂਟ ਸਹੀ ਤਰੀਕੇ ਨਾਲ ਤੁਰੰਤ ਫਾਸਟ ਟ੍ਰੈਕ ਲਾ ਕੇ ਸਜ਼ਾ ਨਹੀਂ ਦਿੰਦੀ ਔਰ ਜਿਹੜੇ ਉੱਥੇ ਦੇ ਹੋਰ ਵੀ ਇਹੋ ਜਿਹਾ ਐਕਟ ਨਹੀਂ ਬਣਾਉਂਦੇ ਵੀ ਜਿਹੜੀਆਂ ਹੋਰ ਬੱਚਿਆਂ ਦੀ ਬਲਾਤਕਾਰ ਹੋ ਰਹੇ ਨੇ ਇਹ ਤਾਂ ਬਲਾਤਕਾਰ ਉਹਨੇ ਕੁਛ ਉੱਥੇ ਜਿਹੜੇ ਆਰਐਸਐਸ ਵਾਲੇ ਬੰਦੇ ਨੇ ਉਹ ਟ੍ਰੇਨਿੰਗ ਦਿੰਦੇ ਬੱਚਿਆਂ ਨੂੰ ਆਹ ਜਿਹੜੇ ਉਹਨਾਂ ਦੀ ਟੀਮ ਆ ਇਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਇੱਕ ਗਲਤ ਫਹਿਮੀਆਂ ਕਰਾਉਣ ਦੀ ਉਹਨਾਂ ਨੂੰ ਇਸ ਕਰਕੇ ਅਗਰ ਉਹਨਾਂ ਨੇ ਸਰਕਾਰ ਨੇ ਇਹ ਕੁਛ ਨਾ ਕੀਤਾ ਤਾਂ ਫਿਰ ਸਰਕਾਰ ਨੂੰ ਇੱਕ ਚੇਤਾਵਨੀ ਵੀ ਆ ਅਸੀਂ ਜੇ ਹੱਥ ਜੋੜਨ ਜਾਣਦੇ ਹਾਂ ਅਤੇ ਅਸੀਂ ਹੱਥ ਖੋਲ੍ਹ ਲਏ ਜਿੱਦਣ ਸਾਡੇ ਹੱਥ ਖੁੱਲ੍ਹ ਗਏ ਤਾਂ ਫਿਰ ਇੱਥੇ ਸਾਰਿਆਂ ਨੂੰ ਮੁਸ਼ਕਲ ਹੋ ਜਾਏਗਾ ਜੇ ਸਰਕਾਰ ਨੇ ਉਹਨਾਂ ਦਾ ਸਜ਼ਾ ਨਾ ਦਿੱਤੀ ਤਾਂ ਹੋ ਸਕਦਾ ਫਿਰ ਸਾਨੂੰ ਆਪਣੀ ਤੀਸਰੀ ਅਦਾਲਤ ਬਣਾ ਕੇ ਉਹਨੂੰ ਸਜ਼ਾ ਅਸੀਂ ਦੇਵਾਂਗੇ ਔਰ ਸਜ਼ਾ ਦੇਵਾਂਗੇ ਉਹਦੇ ਵਿੱਚ ਮੂਹਰੇ ਮੈਂ ਹੋਊਂਗਾ ਰਾਸ਼ਟਰਪਤੀ ਸਾਹਿਬ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰ ਰਹੇ ਹਾਂ ਬਈ ਇਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਸਜ਼ਾਏ ਮੌਤ ਦਿੱਤੀ ਜਾਵੇ ਮੌਤ ਦੀ ਸਜ਼ਾ ਦੇ ਨਾਲ ਦੇ ਨਾਲ ਇਹ ਜਿਹਾ ਇੱਕ ਉਹਨਾਂ ਨੂੰ ਜਿਹੜਾ ਸਮਾਜ ਨੂੰ ਸੰਕੇਤ ਜਾਵੇ ਕਿ ਮੁੜ ਕੇ ਕੋਈ ਇਹੋ ਜਿਹਾ ਕਾਰਾ ਨਾ ਕਰੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਉਹ ਬੰਦੇ ਨੇ ਉਹਨਾਂ ਦੀ ਬੈਕਗ੍ਰਾਊਂਡ ਦੇਖੀ ਜਾਵੇ ਉਹਨਾਂ ਦੇ ਮੰਗਰ ਕੌਣ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਤਾਂ ਕਿ ਸਾਡੇ ਮਨ ਨੂੰ ਤਾਂ ਅਸੀਂ ਸੱਚੀ ਸ਼ਰਧਾਂਜਲੀ ਵੀ ਉਸ ਦਿਨ ਦੇਵਾਂ ਮੰਨਾਂਗੇ ਪੈਨਲ ਸੀਟਾਂ ਨੂੰ ਜਿਸ ਦਿਨ ਅਸੀਂ ਉਹਨਾਂ ਨੂੰ ਜਾਂ ਫਾਂਸੀ ਹੋਵੇਗੀ ਜਾਂ ਫਿਰ ਅਸੀਂ ਮਾਰਾਂਗੇ ਉਹਨਾਂ ਨੂੰ ਹਾਂਜੀ ਹਾਂਜੀ ਇਹ ਸੰਵਿਧਾਨ ਬਚਾਓ ਅੰਦੋਲਨ ਦਲਿਤ ਸਮਾਜ ਵੱਲੋਂ ਜੋ ਯੂਪੀ ਵਿੱਚ ਲੜਕੀ ਦਾ ਜਬਰ ਜਨਾਹ ਤੋਂ ਬਾਅਦ ਉਹਨੂੰ ਕੁੱਟਮਾਰ ਕੀਤੀ ਰੀੜ੍ਹ ਦੀ ਹੱਡੀ ਤੋੜੀ ਗਈ ਜਾਂ ਜਿਸਦੀ ਡੈਥ ਹੋ ਗਈ ਹੁਣ ਉਹਦੇ ਰੋਸ ਦੇ ਸੰਬੰਧ ਵਿੱਚ ਗੁਰਚਰਨ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਇੱਥੇ ਕੈਂਡਲ ਮਾਰਚ ਕੱਢਿਆ ਗਿਆ ਉਹ ਮੈਨੂੰ ਮੰਗ ਪੱਤਰ ਦਿੱਤਾ ਮੈਂ ਇਹਨਾਂ ਦੀ ਜੋ ਕੀਤਾ ਉਹ ਸਰਕਾਰ ਕੋਲ ਪਹੁੰਚਦਾ ਸੰਬੰਧਿਤ ਅਧਿਕਾਰੀ ਕੋਲ ਪਹੁੰਚਦਾ ਕਰ ਦਿੱਤਾ ਜਾਵੇ ਜਥੇਬੰਦੀਆਂ ਦੇ ਆਗੂ ਜੋ ਕਿ ਗੁਰਚਰਨ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਜੋ ਮਨੀਸ਼ਾ ਦੇ ਕਾਤਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਨਾਇਬ ਤਹਿਸੀਲਦਾਰ ਪਰਮਜੀਤ ਸਿੰਘ ਜੀ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਹੈ ਉਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ